ਮੁਸਕਾਨ ਆ। ਇਸ ਗੱਲ ਤੂੰ ਬੇਫਿਕਰ ਹੋ ਜਾ, ਪੈਸਿਆਂ ਦਾ ਮੈਂ ਕੋਈ ਨਾ ਕੋਈ ਜੁਗਾੜ ਲਾ ਲੈਣਾ। ਪਰ ਇੱਕ ਗੱਲ ਹੈ ਕਿ ਆਪਾਂ ਜਾਣਾ ਕਾਰ ਤੇ ਪਾਉਣਾ, ਅਗਰ ਆਪਾਂ ਬੱਸ ਤੇ ਜਾਂਦੇ ਆ ਨਾ ਤੇ ਆਪਣੀ ਤੁਹੀਨ ਆਉਂਦੀ ਹੈ। ਤੇਰੀ ਤੁਹੀਨ ਨਹੀਂ ਆਉਂਦੀ ਹੋਈ ਹੈ ਤੇ ਤੈਨੂੰ ਮੈਂ ਖਪਦੀ ਪਈ ਆ ਕਿ ਪੈਸੇ ਦਾ ਜੁਗਾੜ ਲਾ। ਪੈਸੇ ਆਪਣੇ ਕੋਲ ਉਸ ਤੇ ਆਪਾਂ ਸੋਹਣੀ ਤਰ੍ਹਾਂ ਉਹ ਕਾਰ ਚਲਾ ਰਹੇ ਸੀ ਤੇ ਕਾਰ ਦੇ ਵਿੱਚ ਵਗ ਜੈਸੇ ਪੈਸੇ ਕੋਲ ਨਾ ਤੇ ਬੱਸੇ ਤੇ ਹੀ ਸੀ। ਹਾਂ ਇਹ ਤੇਰੀ ਗੱਲ ਵੀ ਸੱਚੀ ਹੈ। ਚਲੋ ਕੁਝ ਪੈਸਿਆਂ ਦਾ ਮੈਂ ਜੁਗਾੜ ਲੈਣਾ, ਕੁਝ ਤੂੰ ਲਾ, ਆਪਾਂ ਰਲ ਮਿਲ ਕੇ ਟਾਕੀ ਲਾਈਏ। ਜੇ ਕੱਲਾ ਸਾਰਾ ਬਾਹਰ ਮੇਰੇ ਤੇ ਸੱਟੇ ਨਾ, ਇਹ ਮੋੜ ਬੜਾ ਮੁਸ਼ਕਿਲ ਹੋ ਸੀ ਕੰਮ। ਉਤਰੀ ਤੇਰੇ ਵਾਸਤੇ ਕੀ ਆ ਔਖਾ ਕੰਮ, ਮੈਂ ਵਰਜਾਈ ਤੇਰੇ ਹੱਥਾਂ ਤੇ ਉਹਨੂੰ ਠੰਡੀਆਂ ਮਿੱਠੀਆਂ ਲਾ ਤੇ ਉਹਦੇ ਕੋਲ ਮਾਲ ਛੇਕ ਲਾ। ਚਲੋ ਮੈਂ ਆਪਦੀ ਵਰਜਾਈ ਨੂੰ ਮੂੰਹ ਮਾਰ ਕੇ ਵੇਖ ਲੈਣਾ, ਉਹਨੂੰ ਮੈਂ ਗੱਲ ਕਰਨੀ, ਮੈਨੂੰ ਥੋੜ੍ਹ ਜਿਹਾ ਪੈਸਿਆਂ ਦੀ ਜ਼ਰੂਰਤ ਹੈ, ਦੇ ਚਾ ਮੁੜ ਤੈਨੂੰ ਮੈਂ ਹਟਾ ਦੇਸਾਂ। ਉਤਨੀਆਂ ਵਰਜਾਈ ਤੈਨੂੰ ਮਨਾ ਨਹੀਂ ਕਰਦੀ, ਉਹ ਤੈਨੂੰ ਬੜੀ ਮੁਹੱਬਤ ਕਰਦੀ ਹੈ, ਤੂੰ ਤਾਂ ਉਹਦੇ ਕੋਲ ਜਿਹੜੀ ਚੀਜ਼ ਮੰਗਸੇ ਤੈਨੂੰ ਚੁੱਪ ਕਰਕੇ ਦੇ ਦੇਸੀ। ਪੈਸੇ ਤਾਂ ਦੂਰ ਦੀ ਗੱਲ ਹੈ, ਤੂੰ ਇੱਕ ਵਾਰੀ ਆਖ ਕੇ ਤਾਂ ਵੇਖ। ਅੱਛਾ ਤੇ ਨਾਲੇ ਉਹ ਕਿਸਾਈ ਨੂੰ ਫੋਨ ਕਰ ਲਾ। ਹਾਂ ਹਾਂ ਕਾਕੇ ਨੂੰ। ਹਾਂ ਕਾਕੇ ਨੂੰ ਕਾਲ ਕਰ ਲੈਣੇ ਆ, ਆਉਂਦੇ ਕਾਗਜ਼ਾਈ ਤਾਂ ਹੋਵੇ ਨਾ ਬੇ ਬੋਤਰਾ ਤੇ ਮੁਸਕਾਨ ਮੇਰੇ ਕੋਲ ਆ ਰਹਾ। ਹਾਂ ਕਾਲ ਕਰ। 038 ਵਾਲਾ ਉਸੇ ਦਾ ਨੰਬਰ। ਅਈਲਾ ਖਾਂ ਨੰਬਰ ਹੀ ਬੰਦ ਹੈ। ਕੁਝ ਨਹੀਂ ਹੁੰਦਾ, ਨੰਬਰ ਹੀ ਬੰਦ ਹੈ। ਸੁਣੋ ਦੁਕਾਨ ਤੇ ਬੈਠੋ ਸੀ, ਉਹਨੇ ਕਿਧਰ ਜਾਣਾ? ਆਪਾਂ ਦੁਕਾਨ ਤੇ ਵਾਗ ਜੇ ਸਾਂ। ਹਾਂ ਇਹ ਵੀ ਸਹੀ, ਉਸ ਦੁਕਾਨ ਤੇ ਹੀ ਆਉਣਾ। ਜੇ ਲੈ ਆਪਾਂ ਉਹਨੂੰ ਮਿਲ ਕੇ ਵਾਪਸ ਆਉਣਾ ਨਾ, ਉਹਦੀ ਦੁਕਾਨ ਤੋਂ ਆਪਾਂ ਗੱਟੂ ਛਈਆਂ ਦਾ ਭਰ ਕੇ ਆਉਣਾ। ਉਤਨੇ ਤਾਂ ਗੱਟੂ ਦੀ ਗੱਲ ਕਰਨਾ, ਪਤਾ ਨਹੀਂ ਵਿਚਾਰੇ ਦੀ ਦੁਕਾਨ ਦੇ ਵਿੱਚ ਗੱਟੂ ਜਿੰਨਾ ਸਮਾਨ ਹੋ ਸੀ ਵੀ ਕਿ ਨਾ ਅਸੀਂ ਆਪ ਐਂ ਦੀ ਕਰਸੇ ਦੋ ਛਾਪਰ ਭਰ ਕੇ ਆ ਜਸਾਂ। ਉਹ ਪਾਗਲ ਦੇ ਬੱਚਿਆ, ਕਾਕਾ ਕਸਾਈ ਕੋਈ ਆਮ ਬੰਦਾ ਨਹੀਂ, ਉਹ ਬ੍ਰਾਂਡ ਹੈ। ਮੈਂ ਇਹ ਚਾਹਨਾ ਜਿਹੜਾ ਆਪਾਂ ਖਰਚਾ ਕਰਕੇ ਜਾਵਣਾ ਨਾ, ਆਪਾਂ ਉਹਦੇ ਹੱਡਾਂ ਚੋਂ ਕੱਢ ਲਵੀਏ। ਤੇ ਮੁੜ ਆਪਾਂ ਨੂੰ ਜੁਗਾਲ ਲਾਵਣ ਦਾ ਕੀ ਫਾਇਦਾ? ਆਪਾਂ ਪਰ 10,000 ਉਹਦੇ ਕੋਲ ਹੀ ਮੰਗਵਾ ਲੈਣੇ, ਉਹਨੂੰ ਆਖਨੇ ਸਾਨੂੰ ਕਿਰਾਇਆ ਗਲਾ ਤੇ ਅਸੀਂ ਤੇਰੇ ਕੋਲ ਆ ਜਾਂਦੇ ਹਾਂ। ਚਟਾਕ ਲਾਣਾ ਤੇ ਉਹ ਇੰਜ ਥੋੜੀ ਆਉਂਦਾ, ਉਹ ਦੇਲੇ ਸੁਚੇ ਸੀ ਜਿਹੜੇ ਮੇਰੇ ਯਾਰ ਬਣੇ ਵਦੇ ਨਾ, ਸਿਰੋ ਦਦਰੀ ਛਿਲਣ ਵਾਸਤੇ ਬਣੇ ਵਦੇ। ਚਲੋ ਜਿਵੇਂ ਤੂੰ ਆਖਨੇ ਨੌਵੇਂ ਕਾਲ ਨੇ ਅਗਾ ਟੋਰ ਤੇਰੀ ਬਰਜਾਇਕ ਦੇ ਹਵਾਲੇ ਹੋ ਗਈ। ਹਾਂ ਸ਼ੌਕੀਆ, ਹਾਂ ਮੋੜ ਤਾਂ ਨਾ ਕਿ ਮੇਰੀ ਬਰਜਾਈ ਦੀ ਜ਼ਬਾਨ ਨਾਲ ਕੁੱਤਾ ਬਣੇ ਹੋਇਆ ਹੈ। ਭੂਤ ਨੇ ਨਹੀਂ ਜੂ ਜਾਵਣਾ ਪੱਠਿਆਂ ਨੂੰ, ਤੋਂ ਬਿਮਾਰੀ ਪਵੇ। ਮੈਨੂੰ ਸਿੱਧੀ ਤਾਂ ਦੱਸਿਆ ਵੀ ਮੈਂ ਪੱਠਿਆਂ ਨੂੰ ਕੋਈ ਨਹੀਂ ਜਾਣਾ ਸੀ, ਮੈਨੂੰ ਕੂੜ ਮਾਰੇ ਸੁੱਖ, ਮੈਂ ਅੱਗੇ ਜਾਂਦਾ ਪਿਆ, ਤੁਸੀਂ ਆ ਜਾਵਿਆ। ਇਹ ਬੇਈਮਾਨ ਤੇ ਕੋਈ ਦੋਤੋ ਆ ਬੰਦਾ ਹੀ, ਅੱਗੇ ਹੀ ਮੇਰੇ ਨਾਲ ਪੱਠਿਆਂ ਨੂੰ ਜਾਂਦਾ ਨਾ, ਉੱਥੇ ਬੰਨੇ ਦੇ ਉੱਤੇ ਬੈਠਾ ਰਹਿੰਦਾ ਜੇ ਕੋਈ ਗੱਲਾਂ ਵਾਲਾ ਜਲ ਜਾ, ਉਸ ਤੋਂ ਉਹਨਾਂ ਨਾਲ ਗੱਲਾਂ ਕੀਤੀ ਰੱਖਦਾ। ਪੱਠੇ ਮੈਂ ਵੱਢਣਾ ਡੋਂਦਾ ਹੀ ਮਾਇਆ, ਆ ਸਿਰਫ ਚਵਾ ਕੇ ਲਾਇਆ ਹੁੰਦਾ। ਚਲੋ ਤੈਨੂੰ ਚਵਾ ਕੇ ਲਾਇਆ ਹੁੰਦਾ ਤੇ ਭਾਵੇਂ ਨਾ ਲਾਇਆ ਆਵੇ, ਮੈਂ ਜਾ ਕੇ ਅੱਬੇ ਨਾਲ ਗੱਲ ਕਰਨੀ ਜੇ ਸੋਨੂੰ ਤਲੀ ਦਾ ਛਾਲਾ ਬਣਾਇਆ ਹੋਇਆ। ਅੱਬੇ ਉਹਨੂੰ ਕੋਈ ਨਹੀਂ ਆਖਣਾ ਬਈ ਤੂੰ ਗਾ ਜਾਂ ਪੱਠੇ ਉਹਨਾਂ ਨੂੰ ਵਢਾ ਲਿਆ। ਅੱਬੇ ਉਹਦੀ ਸਿਰਫ ਮੈਨੂੰ ਰਗੜਨ ਜੋਗੇ ਹਨ ਬਈ, ਪੱਠੇ ਵੀ ਤੂੰ ਗਾ ਤੇ ਨਿਮਾਸ਼ੀ ਗੋਇਆ ਵੀ ਸੱਟ ਤੇ ਚੋ ਵੀ ਤੂੰ। ਕੱਲਾ ਅੱਬਾ ਨਹੀਂ ਸ਼ੌਕੀ ਸਾਹਿਬ, ਤੇਰੇ ਵਾਲੀ ਸਵਾਣੀ ਵੀ ਕੋਈ ਨਹੀਂ ਚੰਗੀ ਹੈ। ਯਾ ਕੋਈ ਗੱਲ ਕਰਦਾ ਤੇ ਭਾਈ ਤੇ ਅੱਗੂ ਆ ਜਾਂਦੀ ਹੈ, ਨਾ ਕੋ ਜਾਖੋ ਨਾ ਕੋ ਜਾਖੋ। ਆ ਮੇਰੇ ਨਾਲ ਗਈ ਕਰੇ ਨਾ ਪੱਠਿਆਂ ਨੂੰ ਤੇ ਪਤਾ ਲੱਗ ਜੇ ਸੀ ਵੀ ਕੀ ਭਾ ਮਿਣਿੰਦੀ ਹੈ। ਕੋਈ ਗੱਲ ਨਹੀਂ, ਹੁਣ ਉਹਨੂੰ ਆਖਾਂ ਤੇ ਭੂਤ ਨੇ ਨਾ ਕੋ ਸ਼ੱਕੋ ਦੰਮੀ, ਆਪਾਂ ਵੀ ਉਹਨੂੰ ਨਾਲ ਪੱਠਿਆਂ ਲਾ ਜੇ ਸਾਂ। ਜੇ ਅਸਲ ਮਕਈਏ ਚ ਵੜ ਕੇ ਘੰਟਾ ਗਾ ਪਟੇ, ਉਸ ਨੂੰ ਲੱਗ ਸੁਰ ਜਾਸੀ। ਹਾਂ ਤੇ ਸਹੀ ਹੈ ਨਾ, ਦੂਲਨ ਬਣ ਕੇ ਤੇ ਬੜੇ ਦੇ ਗਰੇ ਬਾਹਰ ਆਈ ਹੈ, ਹੁਣ ਬਸ ਚੱਕਰੇ। ਕੋਈ ਗੱਲ ਨਹੀਂ, ਆ ਜਿਹੜਾ ਕੋ ਆਪਿਆ ਮੈਂ ਉਹਦੇ ਕੋਲੋਂ ਸਟੈਨਾ ਹੁਣੇ। ਸਫ਼ਰ ਕਰਕੇ ਆਇਆ, 3 ਮੀਲ ਟੁਰ ਕੇ ਆਇਆ ਤੇ ਮੁੜ ਲੈ ਜਾਣਾ ਵੱਟ ਤਾਂ ਲਵੇਂ ਠੱਪਾ ਕੋਈ। ਅੱਬਾ ਵੱਟ ਲਿਓ, ਸੰਤੇ ਨੂੰ ਕਿੰਨੀ ਵਾਰੀ ਆਖਿਆ ਵੀ ਚੱਕ ਕੇ ਜਾਣਾ ਹੋਵੇ ਤੇ ਸਾਈਕਲ ਕੱਢ ਲਈ ਤੇ ਸਾਈਕਲ ਤੇ ਵਾਗਿਆ ਕਰ, ਤੂੰ ਆਪ ਟੁਰ ਕੇ ਜਾਣਾ ਹੈ। ਓਏ ਹੁਣ ਮੈਂ ਤੇ ਸਾਈਕਲ ਨਹੀਂ ਚੱਲਦਾ, ਮੇਰੀ ਦੇਹ ਪਿਛਲਾ ਭਾਰਾ ਹੈ। ਤੇ ਅੱਬਾ ਤੂੰ ਨਾ ਜਾਵੇਂ, ਆ ਐਡਾ ਕਿਹੜਾ ਤੈਨੂੰ ਜ਼ਰੂਰੀ ਕੰਮ ਹਾਂ, ਅਗਰ ਕੰਮ ਹਾਂ
ਵੀ ਸਹੀ ਸ਼ੋਕੀ ਆ ਜਾਵੇ ਤੇ ਉਹਦੇ ਨਾਲ ਲਗਾ ਜਾਵੇ, ਤੂੰ ਆਪ ਤੌਰ ਪੁੰਨਾ। ਮੇਰੀ ਧੀ ਉਸ ਫੋਨ ਕੀਤਾ ਕਿ ਮੈਂ ਇਹ ਕਿਦਾਂ ਜਾਵਣਾ ਤੇ ਆ ਕੇ ਢੋਰ ਵੇਖ ਲਾ, ਉਹ ਮੈਂ ਤਾਂ ਕਾ ਲੱਕਾ ਲੱਕਾ ਲਵਾ ਗਈਆਂ ਤੇ ਵੇਖ ਕੇ ਆਇਆ, ਮੈਨੂੰ ਉਹ ਵੱਛੀ ਪਸੰਦ ਆਈ ਹੈ, ਵੱਛੀ ਬੜੀ ਸੋਹਣੀ ਤੇ ਨਸਲੀ ਹੈ। ਅੱਛਾ ਵੱਛੀ ਵੇਖਣ ਗਿਆ ਏ ਤੇ ਆਪਾਂ ਕਿੰਦੇ ਕੋਲ ਵੱਛੀ ਖਲੋਤੀ ਹੋਈ ਏ? ਓ ਮੇਰੀ ਧੀ ਆਸੇ ਵਰਾ ਕੋਲ ਖਲੀ ਆਈ ਵੱਛੀ ਤੇ ਮੈਨੂੰ ਢਾਡੀ ਪਸੰਦ ਆਈ ਏ, ਨਸਲੀ ਵੱਛੀ ਏ ਸਾਹਿਵਾਲ। ਅੱਬਾ ਮੈਂ ਤਾਂ ਆਖਨੀ ਆ ਵੱਛੀ ਨੂੰ ਤੁਰਾਣ ਦੇ, ਆਪਾਂ ਕੋਈ ਢੋਰ ਦੁੱਧ ਵਾਲਾ ਲੱਭ ਲੈਨੇ, ਕੋਈ ਮੱਝ ਸੋਹਣੀ ਵੇਖ ਲਿਆ। ਓ ਮੇਰੀ ਧੀ ਜੇ ਕਿਦੂ ਮੱਝ ਲੱਭ ਗਈ ਤੇ ਉਹੀ ਲੈ ਲਈ ਸੈਂ, ਪਰੇਸ਼ਾਨ ਨਾ ਹੋ, ਇਹ ਵੱਛੀ ਵੀ ਚੰਗੀ ਏ, ਮੈਨੂੰ ਪਸੰਦ ਆਈ ਏ ਤੇ ਅੱਲਾ ਕਰੇ ਸੀ ਇਹ ਦਿਨ ਚ ਆਪਾਂ ਨੂੰ ਬੜੇ ਰੰਗ ਲੱਗ ਸਨ ਵੱਛੀ ਏ। ਅੱਬਾ ਅੱਗੇ ਆਪਣੀਆਂ ਦੋ ਗਾਈਆਂ ਹੈਗੀਆਂ ਨੇ, ਮੈਨੂੰ ਮੱਝ ਦੀ ਬੜੀ ਸ਼ੌਕ ਏ, ਮੈਂ ਨਹੀਂ ਆਪਣੀ ਮੱਝ ਹੋਵੇ ਨਾ ਤੇ ਮੱਝ ਦਾ ਦੁੱਧ ਪੀਤਾ ਕਰ ਸਾਂ ਮੈਂ। ਚਲੋ ਤੇਰੀ ਇਹ ਖਾਇਸ਼ ਮੈਂ ਪੂਰੀ ਕਰੇ ਸਾਂ, ਮੱਝ ਮੈਂ ਨੀਲੀ ਤੋਂ ਲਾਇਆ ਸਾਂ। ਹਾਂ ਨੀਲੀ ਦੀਆਂ ਬੜੀਆਂ ਮੱਝਾਂ ਆਪਾਂ ਫੇਮਸ ਹਨ। ਫੇਮਸ ਇਹਨ ਮਲੂਮ ਹੁੰਦਾ, ਰਚਨਾ ਵੀ ਟੀਵੀ ਤੇ ਕੰਮ ਕਰਦੀਆਂ ਨੇ ਮੱਝੀ। ਮੈਨੂੰ ਜ਼ਰੂਰੀ ਕੰਮ ਹੈ ਤੇ ਮੈਂ ਆਜ ਅਸਾਂ ਮੇਰੀ ਫਿਕਰ ਨਾ ਕਰਿਆ। ਹਾਂ ਕੰਮ ਉਹਨੂੰ ਕੀ ਆਉਣਾ, ਖੁਸਰੇ ਦੀ ਕੱਛ ਚ ਬੜੇ ਵਧੋ ਸੀ ਤੇ ਖੁਸਰੇ ਦੇ ਨਾਲ ਵਧੋ ਸੀ, ਲਟਾਈਆਂ ਕਰਿੰਦਾ, ਹੋਰ ਉਹਨੂੰ ਕਿਹੜੇ ਕੰਮ ਹੈ? ਅੱਛਾ ਬਾਈ ਕਰ, ਤੂੰ ਅਲਤੇ ਲੱਗੇ ਜਾ, ਤੂੰ ਭਿੰਡੀਆਂ ਤਰੋੜ ਕੇ ਲਾਇਆ, ਮੈਂ ਜਲਦੀ ਜਲਦੀ ਹਾਂਡੀ ਧਰ ਲਵਾਂ। ਚਲੋ ਮੈਂ ਭਿੰਡੀਆਂ ਪਾਟਮ ਨਾ, ਇਹ ਨਾ ਹੋਵੇ ਮੁੜ ਆ ਕੇ ਸ਼ੋਕੀ ਮੇਰਾ ਸਿਰ ਫਾੜ ਦੇ, ਹੁਣ ਤਾਂ ਛੱਲ ਨਹੀਂ ਹੋਇਆ। ਅੰਬਾ ਕਿਹਦੇ ਗਿਆ ਬੋਤ ਨਾ? ਮੈਨੂੰ ਤਾਂ ਕੋਈ ਨਹੀਂ ਦਿਸਿਆ, ਮੇਰੀ ਧੀ ਮੈਂ ਆਇਆ ਤਾਂ ਆ ਦਿਰਾਣੀ ਤੇਰੀ ਆਦੀ ਪਈ ਇਹ ਬਿੱਧਮੀ ਨਾਲ ਦਾ ਨਿਕਲੇ ਮੂੰਹ ਚਾ ਕੇ ਕਿਦਾਈ। ਉਹ ਤਾਂ ਸਾਡੇ ਹੁੰਦਿਆਂ ਹੀ ਨਿਕਲਿਆ ਹਾਂ ਤੇ ਹਲੇ ਆਇਆ ਕੋਈ ਨਹੀਂ ਸਨ ਮੈਂ। ਨਹੀਂ ਬਾਜੀ ਹਲੇ ਕੋਈ ਨਹੀਂ ਆਇਆ, ਉਹ ਆਖ ਕੇ ਗਿਆ ਮੇਰੀ ਫਿਕਰ ਨਾ ਕਰਿਆ, ਮੈਨੂੰ ਜ਼ਰੂਰੀ ਕੰਮ ਹੈ, ਮੈਂ ਆਪੇ ਆ ਜਾਸਾਂ। ਉਹ ਨਾ ਅੰਦਾ ਸ਼ੋਕੀ ਸਾਹਿਬ, ਬੂਤਨਾ ਉਸ ਸਲ ਗਰੇ ਵਰਸੇ ਜਿਸ ਸਲ ਰੋਟੀ ਦਾ ਟਾਈਮ ਹੋਇਆ। ਖਵਾ ਲੈਣਾ ਮੈਂ ਉਹਨੂੰ ਦੇਸੀ ਘਿਓ ਵਾਲੇ ਪਰਾਠੇ ਜਿਹੜੇ ਆਪਾਂ ਪੱਠੇ ਲਾਇਆ ਹੈ ਨਾ ਚਾਹ ਕੇ, ਉਹ ਕੁੱਤਰ ਸੀ ਵੀ ਤੇ ਡੋਰਾ ਨੂੰ ਵੀ ਗਸੀ। ਤੁਸੀਂ ਮੈਡਮ ਸਾਹਿਬ ਐਂ ਕਰੋ, ਕਈ ਅੰਦਰੂ ਚਾਹ ਲਓ, ਬੱਠੋਲ ਪਿਆ ਖੁਰਲੀ ਦੇ ਵਿੱਚ, ਸਾਰਾ ਗੋਹਾ ਮੇਲ ਤੇ ਸੱਟੋ ਰੂੜੀ ਦੇ ਉੱਤੇ। ਮੇਰੇ ਕੋਲ ਤਾਂ ਨਹੀਂ ਸਟਿੰਦਾ ਗੋਹਾ, ਮੇਰੀ ਕਮਰ ਨੂੰ ਬੜੀ ਪੀੜ ਹੈ, ਮੈਂ ਉਹ ਭਿੰਡੀਆਂ ਪਕਾਉਂਗਾ। ਉਹ ਤੂੰ ਭਿੰਡੀਆਂ ਪਕਾਉਂਦਾ, ਤੇਰੀ ਕਮਰ ਤਰੁੱਟੀ ਪਈ ਆ, ਅਸੀਂ ਸਦਕੇ ਦੇ ਬੱਕਰੇ ਆ ਜਿਹੜਾ ਦਮੀ ਦੇ ਪਰ ਕੰਮ ਕਰਦੇ ਬਣੇ ਆ। ਮੈਂ ਪਿਛਲੇ ਟਾਈਮ ਸਾਟ ਲਈ ਸੀ, ਪਿਛਲੇ ਟਾਈਮ ਨਹੀਂ, ਪਿਛਲੇ ਟਾਈਮ ਡੋਰ ਉੱਤੇ ਬੰਨੇ ਨੇ ਖੁਰਲੀਆਂ ਦੇ ਗੋਹਾ ਮੇਲ ਤੇ ਸੱਟ। ਚੰਗਾ ਮੈਂ ਸਾਟ ਲੈਣੀ ਆ, ਬਾਜੀ ਬਿੱਲੋ ਭਿੰਡੀਆਂ ਪਕਾ ਲਵੀਂ। ਉਹ ਤੂੰ ਅੰਦਰੋਂ ਛੁਰੀ ਚਾਲ ਆ ਤੇ ਬਾਜੀ ਬਿੱਲੋ ਨੂੰ ਕੋ ਚਾ ਨਹੀਂ ਬੜੀ, ਤੇਰੇ ਤਾਂ ਗੈਰਤ ਕਾਇ ਨਹੀਂ ਬੀ, ਤੈਨੂੰ ਚੰਗਾ ਭਲਾ ਪਤਾ ਹੈ ਅਸੀਂ ਮੂੰਹ ਹਨੇਰੇ ਦੇ ਗਏ ਹੋਇਆ, ਗਾਹ ਕੱਢ ਕੇ ਲਿਆਂਦਾ ਸਾਡੇ ਪਿਓ ਦੇ ਕੋ ਨਹੀਂ ਜਿਹੜੇ ਅਸੀਂ ਵੱਢ ਕੇ ਲਾਇਆ ਅੰਦਰ, ਹਾਲੇ ਤਾਂ ਤੂੰ ਭਿੰਡੀਆਂ ਨਹੀਂ ਪਕਾਈਆਂ, ਮੇਰੇ ਸਿਰ ਤੇ ਸਟੀਆਂ ਪਈਆਂ, ਤੂੰ ਰਾਨੇ ਕੇ ਕਈ ਬਣਾ ਦੀ ਬਣੀ ਹੋਈ। ਓਏ ਅੱਛਾ ਮੇਰੀ ਧੀ, ਸਾਂ ਕੱਢ ਲੈ ਤੇ ਮੋੜ ਪਕਾ ਲਵੀ, ਤੇਰੇ ਹੱਥ ਦਾ ਸਾਲਣ ਮੈਨੂੰ ਬਹੁਤ ਚੰਗਾ ਲੱਗਦਾ ਹੈ। ਅੱਬਾ ਤੈਨੂੰ ਇੱਕ ਗੱਲ ਕਰਾਂ, ਜੇ ਤੈਨੂੰ ਮੇਰੇ ਹੱਥ ਦਾ ਸਾਲਣ ਪੱਕੇ ਹੋਇਆ ਚੰਗਾ ਲੱਗਦਾ ਹੈ ਨਾ, ਤਾਂ ਸਾਨੂੰ ਵੀ ਬੂਤਨੇ ਦਾ ਹੱਥ ਦਾ ਕੰਮ ਕੀਤਾ ਹੋਇਆ ਚੰਗਾ ਲੱਗਦਾ, ਕੋਈ ਤੂੰ ਵੀ ਮਾੜੀ ਚੰਗੀ ਆਖ ਲਿਆ ਕਰ, ਬੂਤਨੇ ਨੂੰ ਮੈਂ ਨਹੀਂ ਪਰਨਾਕ ਲਿਆਂਦਾ, ਬੂਤਨੇ ਮੈਨੂੰ ਪਰਨਾਕ ਲਿਆਂਦਾ। ਓ ਮੇਰੀ ਧੀ ਤੇ ਮਾਈ ਤੇ ਸਰਦਾਰੀ ਤੈਨੂੰ ਦਿੱਤੀ ਹੈ, ਗਾਰ ਦੀ ਵਡੇਰੀ ਤੂੰ ਹੈ। ਮੈਂ ਤਾਂ ਇਸ ਸਰਦਾਰੀ ਨਾਲ ਐਵੇਂ ਹੀ ਚੰਗੀ ਹਾਂ, ਜਿੱਥੇ ਦੇ ਰਾਤ ਕੁਸਣਾ ਹੋਵੇ, ਕਿਸੇ ਹੋਰ ਨੂੰ ਸਰਦਾਰੀ ਦੇ ਚਾਹ ਤੇ ਪੁੱਤ ਨੂੰ ਦੇ ਚਾਹ ਯਾ ਸਨੋਨ ਦੇ ਚਾਹ। ਨਹੀਂ ਨਹੀਂ ਬਾਜੀ, ਮੇਰੀ ਜਿਠਾਣੀ ਤੂੰ ਆ, ਸਰਦਾਰੀ ਤੇਰੇ ਹੱਥ 'ਚ ਚੰਗੀ ਲੱਗਦੀ ਹੈ, ਮੈਂ ਤਾਂ ਨਿੱਕੀ ਹਾਂ, ਮੇਰਾ ਕੀ ਹੈ ਜੀ? ਹਾਂ ਵੱਡੀ ਸਮਝ ਕੇ ਤੁਸੀਂ ਸਿਰ 'ਚ ਲਿੱਤਰ ਮਾਰੀ ਰੱਖੋ। ਹਾਂ ਸਰਦਾਰੀ ਵਾਲੇ ਤਾਂ ਤੂੰ ਦਸ ਗੱਡੀ ਖਲੇ ਨੇ ਭਾਈ, ਉਹ ਆਉਂਦਾ ਖਾਂਦਾ ਹੁੰਦਾ ਤਾਂ ਮੁੜ ਕੁਚਰਨ ਲੈ ਕੇ ਨਿਕਲ ਜਾਂਦਾ, ਉਹ ਸਾਡੇ ਨਸੀਬਾਂ 'ਚ ਦਾਤਰੀ ਲਿਖੀ ਹੋਈ ਹੈ। ਮੇਰੇ ਨਸੀਬਾਂ ਜਿਹੜਾ ਕੰਮ ਲਿਖਿਆ ਮੈਂ ਆਦੇ ਹੀ ਸਦਕਾਰ ਛੱਡਣੀ ਆ, ਹੋਰ ਮੈਂ ਕੀ ਕਰਾਂ? ਗੱਲਾਂ 'ਚ ਪੂਰੀ ਲੱਥੀ ਖਲੋਤੀ, ਤੈਨੂੰ ਇਹ ਨਹੀਂ ਆਈ ਵੀ ਦੋਵੇਂ ਜਣੇ ਆਏ ਨੇ, ਅਸੀਂ ਇਹਨੂੰ ਪਾਣੀ ਤੇ ਘੁੱਟ ਕੇ ਦਈਏ ਜਾਂ ਲੱਸੀ ਤੇ ਘੁੱਟ ਦਈਏ? ਬਾਜੀ ਲੈ ਆਉਂਦੇ ਪਾਣੀ ਚੇਤਾ ਲੈ ਗਏ ਨੀ, ਮੈਂ ਆਪੇ ਹੁਣ ਪੀ ਲਈ ਸਾਂ, ਮਿਹਰਬਾਨੀ ਹੈ ਕੁਛ ਨਾ। ਮੇਰੇ ਕਹਨੇ ਘੁੱਟ ਲਈ ਜਾਵੇਂ, ਕਿਹਾ ਸੀ ਤਾਂ ਆਣ ਕਿਸੇ ਬਵਾਲ ਤੇ ਪਾਇਆ, ਮਤਾ ਨਹੀਂ ਨਾ ਹੁੰਦਾ ਤੁਹਾਡੇ ਕੋਲ ਡੋਰਾ ਦਾ, ਪਰ ਉਹ ਜੀ ਵੇਚ ਛੱਡੋ ਤੇ ਦੁੱਧ ਮੁੱਲ ਲਈ ਰੱਖਿਆ। ਇਸ ਘਰ 'ਚ ਕਦਰ ਹੀ ਕੋਈ ਨਹੀਂ, ਵੈਸੇ ਵੀ ਮੈਨੂੰ ਹੁਣ ਚੜ੍ਹਦੀ ਪਈ ਹੈ ਸ਼ੌਕੀ ਤੇਰੇ ਤੇ, ਵੇ ਪਰ ਨਾ ਕਿ ਮੈਨੂੰ ਤੂੰ ਲੈ ਕੇ ਆਇਆ, ਮੈਂ ਬਾਜੀ ਬਾਜੀ ਕਰਕੇ ਹੁੰਦੀ ਇੱਜ਼ਤ ਕਰਨੀ, ਅੱਗੂ ਤੂੰ ਮੈਨੂੰ ਧੱਕੇ ਮਰਵਾਈਂਦਾ ਪਿਆ। ਜਿਹੜੀ ਉਸ ਗੱਲ ਕੀਤੀ ਹੈ ਨਾ, ਤੂੰ ਹੁਣ ਉਹਨੂੰ ਰਿਪੀਟ ਨਾ ਕਰ, ਉਸ ਤਾਂ ਸਹੀ ਕੀਤੀ ਹੈ, ਤੂੰ ਜਿਹੜੀ ਇਹ ਗੱਲ ਕਰਦੀ ਪਈ ਹੈ ਨਾ, ਇਹ ਮੇਰੇ ਤੇ ਹੈਵੀ ਹੋ ਕੇ ਕਰਦੀ ਪਈ। ਲੈ ਸਾਰੇ ਡੈਪ ਲੈ, ਨਹੀਂ ਅਸੀਂ
ਅਸੀਂ ਠੱਡੀ ਕਰਕੇ ਪੀ ਲਈ ਤੇ ਅੱਧੀ ਮੈਂ ਅੰਦਰ ਰੱਖੀ ਤੇ ਹੁਣ ਮੈਂ ਮੱਗਾ ਰੱਖਣ ਵਾਸਤੇ ਗਈ ਆ। ਬਿੱਲੀ ਝੂਠੀ ਕਰ ਗਈ, ਅਗਰ ਆਖੇ ਤਾਂ ਉਹ ਤੈਨੂੰ ਠੱਡੀ ਕਰਕੇ ਦੇ ਦੇਣੀ। ਜਿਹੜੀ ਬਿੱਲੀਆਂ ਦੀ ਝੂਠੀ ਮੈਨੂੰ ਦੱਸਦੀ ਪਈਆਂ ਨਾ, ਤੇਰੇ ਸਾਹਿਬ ਤੂੰ ਵੀ ਹੇਠਾਂ ਲੈ ਜਾਸੀ। ਅੱਜ ਇਹ ਮੂੰਹ ਚ ਜ਼ਬਾਨ ਕੱਢੀ, ਦੁਬਾਰਾ ਨਾ ਪੀ ਕੱਢੀ। ਮੈਂ ਕੋਈ ਨੀ ਸਮਝਣਾ ਤੂੰ ਨਵੀਂ ਪਰ ਨਹੀਂ ਕਿਹਾ, ਮੈਂ ਜੁੰਡੀਆਂ ਪਾਟ ਕੇ ਹੱਥ ਚ ਦੱਸਾਂ ਤੂੰ ਹਾਲੇ ਮੇਰੀ ਵਾਕਫ ਹੀ ਨਹੀਂ। ਲੈ ਤੂੰ ਐਵੇਂ ਮੇਰੀ ਜੁੰਡੀਆਂ ਛੇਕ ਛੇੜ ਸੇ, ਮੈਂ ਤਾਂ ਬੜੀ ਹੋਰ ਵਿੱਚ ਸਮਾਣੀ ਆ। ਮੈਂ ਤੇਰੀਆਂ ਜੁੰਡੀਆਂ ਛੇਕ ਰੱਖਾਂ, ਲੱਸੀ ਪੀਣੀ ਹੁੰਦੀ ਤਾਂ ਉਹਨੂੰ ਕੱਢ ਕੇ ਗਈ ਕਰ। ਉਹ ਕੱਢ ਕੇ ਗਈ ਕਰੇ, ਤੂੰ ਘਰੇ ਬਾਲਣ ਟਵੀਸ਼ਨ ਪੜ੍ਹਾਉਂਦੀ ਰਹੀ ਆ ਜਿਹੜਾ ਵੀ ਤੂੰ ਲੱਸੀ ਨੇ ਕੱਢ ਕੇ ਰੱਖ ਸਕੀ। ਓਏ ਹੁਣ ਨਾ ਲੜੋ ਆਪਸ ਵਿੱਚ, ਐਦੂ ਮੇਰਾ ਬਖਤ ਆ ਗਈ ਹੈ। ਹਾਂ ਹਾਂ ਤੇ ਬਖਤ ਆ ਇਸ ਕੋ ਛੱਪ ਕੇ। ਭਾਈ ਜਾਨ ਪਾਣੀ ਲਿਆ ਦੇ ਮੈਂ ਤੁਹਾਨੂੰ। ਭਾਈ ਜਾਨ ਉਹ ਤਾਂ ਬਿੱਲੀ ਝੂਠੀ ਕਰ ਗਈ ਹੈ, ਤੈਨੂੰ ਪਾਣੀ ਲਿਆ ਦੇਣੀ ਹੈ ਠੱਡਾ। ਉਹ ਤੂੰ ਦੱਬ ਲਿਆ, ਬਿੱਲੀ ਝੂਠੀ ਕਰ ਗਈ ਤਾਂ ਮੁੜ ਕੀ ਹੋ ਗਿਆ? ਬਚਪਨ ਕੁੱਤਿਆਂ ਦੇ ਰੱਲੇ ਖਾ ਪੈਂਦਾ ਤੇ ਉਹ ਤਾਂ ਬਿੱਲੀ ਦੀ ਝੂਠੀ। ਹਾਂ ਬਤਾ ਦੀ ਔਲਾਦ ਆ ਤੇਰੀਆਂ ਆਤਾਂ ਮੇਰੇ ਚ ਹੀ ਆ। ਨਾ ਨਾ ਤੇ ਗੱਲ ਕਰੇ, ਸ਼ਰਮ ਨਹੀਂ ਹੁੰਦੀ ਪਿਓ ਦੇ ਕੋ ਜ਼ਬਾਨ ਮਰੇ। ਕਿਦਾਂ ਕੀ ਹੋਇਆ? ਹਾਂ ਮੈਂ ਤੈਨੂੰ ਘਰ ਦਾ ਫਿਕਰ ਕੋਈ ਨਹੀਂ ਹੁੰਦਾ ਵੀ ਘਰੇ ਵੀ ਕੋਈ ਕੰਮ ਕਾਰ ਕਰਨਾ ਹੁੰਦਾ। ਉਹ ਕਈਨੂੰ ਦੱਸਦੀ ਪਈ ਆ ਕੰਮ ਕਾਰ ਦੀ ਪਾਰੂ, ਇਹਨੂੰ ਕਹਿ ਨੀ ਲੱਥੀ ਚੜੀ ਨਾਲ, ਇਹ ਤਾਂ ਖਾਵਣ ਧੱਕਣ ਜੋਗਾ ਹੈ, ਸਿਰਫ ਉਹ ਠੱਗੂ ਤੂੰ ਬੀਨ ਵਜਾਈ ਜਾਂਦੀ ਆ। ਤੁਹਾਨੂੰ ਕੰਮ ਨਾਲ ਹੈ, ਮੈਨੂੰ ਆਪਦੇ ਦਮ ਨਾਲ ਬਣੀ ਖਾਲੀ, ਉਹ ਟੁਰਿਆ ਮੈਥੋਂ ਜਾਂਦਾ ਨੀ, ਮੈਂ ਕੰਮ ਕਿਵੇਂ ਕਰਾਂ? ਨਾ ਕੀ ਹੋ ਗਿਆ ਤੈਨੂੰ? ਅੱਬਾ ਜੀ ਤੁਸੀਂ ਛੱਡ ਦਿਓ ਮੈਨੂੰ, ਮੈਨੂੰ ਕੁਛ ਵੀ ਨਹੀਂ ਜੀ। ਮੈਂ ਤੁਹਾਨੂੰ ਦੱਸ ਵੀ ਛੱਡਾ, ਤੁਸੀਂ ਕਿਹੜਾ ਮੇਰੇ ਤੇ ਇਤਬਾਰ ਕਰ ਲੈਣਾ? ਤੇਰੇ ਤੇ ਕੋਈ ਇਤਬਾਰ ਕਰੇ ਜਾਂ ਨਾ ਕਰੇ, ਮੈਂ ਤਾਂ ਤੇਰੇ ਤੇ ਇਤਬਾਰ ਕਰਨੀ ਆ। ਮੈਨੂੰ ਦੱਸ ਮੇਰੇ ਵੀਰਾਂ ਨੂੰ ਕੀ ਹੋਇਆ? ਕਿਹੜਾ ਇਹਨੂੰ ਫਾਲਜ ਹੋ ਗਈ, ਇਹ ਨਹੀਂ ਦੱਸਦਾ ਤਾਂ ਨਾ ਦੱਸੇ। ਅੱਲਾ ਕੋਲੋਂ ਮਾਫੀ ਮੰਗਨੀ, ਐਵੇਂ ਦੀ ਬੋਰੀਆਂ ਗੱਲਾਂ ਨਹੀਂ ਕਰੀਂਦੀ ਹੁੰਦੀਆਂ। ਦੱਸ ਮੇਰਾ ਵੀਰਾ ਕੀ ਹੋਇਆ? ਹਾਂ ਦੱਸ ਇਹਨੂੰ, ਤੇਰਾ ਹੱਲ ਕਰੇ। ਕੁਝ ਵੀ ਨਹੀਂ ਵਰਜਾਈ, ਮੈਨੂੰ ਠੱਡ ਬੜੀ ਲੱਗਦੀ ਏ, ਰਾਤੀ ਵੀ ਮੈਨੂੰ ਬੜਾ ਬੁਖਾਰ ਹੋਇਆ, ਕਮ ਸੇ ਕਮ 450 ਤੇ ਬੁਖਾਰ ਆਏ। ਮੈਂ ਤੁਹਾਨੂੰ ਉਠਾਵਣ ਲੱਗਾ, ਮੁੜ ਮੈਂ ਨਹੀਂ ਉਠਾਇਆ। ਮੈਂ ਕਿਹਾ ਇਹਨਾਂ ਦੀ ਨੀਂਦ ਕਈ ਖਰਾਬ ਕਰਨੀ ਹੈ, ਮੈਂ ਆਪਦੇ ਮੈਂ ਪੀ ਆ ਰਹੀ ਹਾਂ। ਮੇਰਾ ਪੁੱਤਰ ਉਹ ਰਾਤੀ ਬੁਖਾਰ ਹੀ, ਤੂੰ ਮਰਨਾ ਕਿਉਂ? ਹੁਣ ਜਦੋਂ ਮੈਂ ਮਰਨਾ ਉਦੋਂ ਹੀ ਮਰਨਾ, ਪਹਿਲੋਂ ਕਿਵੇਂ ਮਰ ਜਾਵਾਂ? ਉਹ ਜ਼ਲੀਲ ਆ, 105 ਤੇ ਬੁਖਾਰ ਹੋਵੇ ਤੇ ਬੰਦਾ ਮਰ ਵੈਂਦਾ, ਤੂੰ 450 ਤੇ ਬੁਖਾਰ ਹੈ ਤੇ ਜਿੰਦਾ ਵਾਦਾ, ਮੈਂ ਤੇ ਇਸ ਕੱਲ ਆ ਰਿਹਾ ਨਾ। ਓਏ ਅੱਬਾ, ਹਾਲੇ ਤੱਕ ਮੇਰਾ ਦਾਣਾ ਪਾਣੀ ਲਿਖਿਆ ਹੋਇਆ, ਉਹ ਮੈਂ ਖਾਵਣਾ ਤੇ ਨਾਲੇ ਬੁਖਾਰ ਨਾਲ ਕਿਹੜਾ ਬੰਦਾ ਮਰਦਾ? ਬਸ ਡੀਠ ਹੋ ਕੇ ਵਨਾ, ਤੁਹਾਨੂੰ ਤਾਂ ਮੇਰਾ ਫਿਕਰ ਹੀ ਕੋਈ ਨਹੀਂ। ਬੇ ਨੌਜਵਾਨ ਪੋਤਰੇ, ਚਲੋ ਦਵਾਈ ਦਵੂਈ ਲੈ ਕੇ ਦੇ ਛੱਡੀ। ਹਾਂ ਚਾਚਾ, ਬੂਦ ਨੇ ਸਹੀ ਆਖਦਾ ਪਿਆ, ਹੁਣ ਵੀ ਨਾ ਉੱਤੇ ਰਾਹ ਵਿੱਚ ਡਿੱਗ ਪਿਆ ਤੇ ਜਿਸ ਮਿੰਦ ਠੰਡਾ ਬਰਫ਼ ਰੰਗਾ ਹੋ ਗਿਆ, ਤੈਨੂੰ ਉੱਥੇ ਅੱਗ ਬਾਲ ਕੇ ਸਿਕਾਈ ਤੇ ਤਾਂ ਜਾ ਕੇ ਥੋੜਾ ਬਹੁਤਾ ਟੁਰੇ, ਤੈਨੂੰ ਮੈਂ ਘਰ ਲੈ ਆਂਦਾ। ਗੱਲ ਕਰਨ ਲੱਗਿਆ ਤੈਨੂੰ ਹਯਾ ਤਾਂ ਨਹੀਂ ਆਉਂਦਾ ਪਿਆ? ਉਹ ਧੁੱਪ ਦੇ ਸਿੱਖ ਤੂੰ, ਉਹ ਨੀ ਬੰਦੇ ਮਰਦੇ ਪਏ, ਤੂੰ ਇਹਨੂੰ ਆਖੀ ਜਾਣੀ ਮੈਂ ਅੱਗ ਸਿਕਾਈਏ? ਉਹ ਪੋ ਮੰਗਦਾ ਮਹੀਨਾ। ਓਏ ਹਾਲ ਓਏ ਮੁਲਖਾ, ਮੇਰੇ ਵੀਰਾਂ ਨੂੰ ਨਮੂਨੀਆ ਹੋ ਗਿਆ ਤਾਂ ਮਰਦਾ ਪਿਆ ਵੇ। ਅੱਬਾ ਆਈ ਉਠੀ ਜਾਓ, ਮੈਂ ਦੁੱਤਰ ਜ਼ਾਈ ਗਤਨੀ ਆ। ਹਾਂ ਹਾਂ ਪਾਰ ਜ਼ਾਈ, ਸ਼ਾਮ ਤਾਈ ਉਹ ਪੋਰ ਹੋ ਜਾਸ। ਤੂੰ ਆਦਾ ਮੂੰਹ ਬੰਦ ਰੱਖ, ਅੱਬਾ ਆਈ ਉਠੀ। ਓ ਜਿੰਦਾ ਪਿਆ ਮੇਰੀ ਦੇ ਸ਼ੌਕੀ ਪੁੱਤਰ, ਉਠੀ ਵੇ ਨਾ, ਮੰਜੀ ਛੋੜ, ਵਿਰਾਦ ਤੇਰੀ ਜ਼ਾਈ ਗਤਨ ਦੇ, ਉਹ ਇਹਨਾਂ ਵੇ ਹਾਸੇ ਹਾਸੇ ਦੇ ਵਿੱਚ ਹੱਥੋਂ ਨਾ ਨਿਕਲ ਜਮਨੇ। ਅੱਬਾ ਮੈਂ ਤਾਂ ਨਾ ਰਜ਼ਾਈ ਪਾਵਣ ਨੂੰ ਰਾਣ ਦੇ, ਉਹ ਰੱਖੋ ਮੈਨੂੰ 4 ਆਨੇ ਦੇ, ਮੈਂ ਕਮੀਰ ਜਾਨਾ ਉੱਥੇ ਜਾ ਕੇ ਬੋਤਲ ਦਾ ਖਰੇਨੇ ਆ। ਉਹ ਦਲੀਲ ਆ, ਉੱਤੋਂ ਕਮਦਾ ਬੈਠਾ ਨਾਲੇ ਜਾ ਕੇ ਬੋਤਲ ਪੀਵੇ, ਠੱਡੀ ਉਹ ਮਰ ਬੈਸੇ। ਉਹ ਮੇਰੀਆਂ ਪੁੱਟੀਆਂ ਸਮਝਾ ਨਾ ਅੱਬਾ, ਮੈਂ ਬੋਤਲ ਪੀਵਣੀ ਨਹੀਂ ਲਵਾਵਣੀ ਹੈ। ਉਹ ਮੇਰਾ ਪੁੱਤਰ ਤੇ ਲਵਾਵਣ ਵਾਲੀ ਬੋਤਲ ਹੀ ਠੱਡੀ ਹੁੰਦੀ ਹੈ। ਉਹ ਰਜ਼ਾਈ ਲਾਇਆ ਨਾ ਛੋਰੇ, ਰਜ਼ਾਈ ਦੀ ਤਾਂ ਬਾਲੋ ਹੋ ਮੰਜੀ ਤੂੰ। ਮੈਂ ਮੁਸਕਾਨ ਆ ਕੰਮ ਪੁੱਠਾ ਪੈ ਗਏ, ਹੁਣ ਕਿਸ ਤਰੀਕੇ ਆਪਾਂ ਜਾਨ ਤਾਂ ਛਡਾਵਣੀ ਹੈ ਨਾ, ਜਾਂ ਪੱਠੇ ਕੁਤਰਦੇ ਕੁਛ ਨਹੀਂ ਹੁੰਦਾ। ਚਲੋ ਤੂੰ ਆ ਨਾ ਤੇ ਮੈਂ ਕੁਤਰ ਲੈਨੀ ਆ।
ਚੱਲ ਨੀ ਤੁਸੀਂ ਮੇਰੇ ਨਾਲ, ਮੇਰੇ ਕੱਲੀ ਕੋਲ ਕੋਈ ਨੀ ਉਤਰੀਨੇ ਨੀ। ਜੇ ਸਲਮੀ ਇਹਦੇ ਨਾਲ ਰਲ ਜਾ, ਕੱਲੇ ਪੱਠੇ ਨਾ ਕੁਤਰਾ, ਵੇ ਕੋਈ ਥੱਬੀ ਟਾਂਡਿਆਂ ਤੇ ਵੀ ਕੁਤਰ ਲਵਾ, ਨਹੀਂ ਤਾਂ ਪੂਰੇ ਕੋਈ ਨਹੀਂ ਆਉਣੇ ਨੇ। ਭੈਣ ਮੈਨੂੰ ਕੁਤਰਨਾ ਨਹੀਂ ਆਉਂਦਾ, ਮੈਂ ਗਾਲਾਂ ਲਾਈ ਰੱਖਾਂ। ਜੋ ਮਰਜ਼ੀ ਇਹ ਕੀਤੀ ਰੱਖੀ, ਕੁਤਰੀ ਤੇ ਜਾ ਸਿਲਣਾ। ਆ ਮੁਸਕਾਨੀ ਬਿਮਾਰ ਬੱਕਰੀ ਤੇਰਾ ਮੂੰਹ ਕੀਤੀ ਫਿਰਨਾ। ਉਹ ਮੈਂ ਕਿਵੇਂ ਬਿਮਾਰ ਬੱਕਰੀ ਤਰੀਕੇ ਬੂ ਨਾ ਕਰਾਂ, ਜਿਹੜਾ ਭੂਤਨਾ ਹੈ ਉਹ ਘਰੇ ਬਿਮਾਰ ਹੋਇਆ ਪਿਆ, ਉਹਨੂੰ ਕੰਬਣੀ ਦਾ ਤਾਪ ਹੋਇਆ ਖੜਾ, ਤੇ ਮੈਂ ਅੰਸਰ ਨੂੰ ਸੱਦਣ ਜਾਂਦਾ ਪਿਆ। ਹਾਲੀ ਓ ਮੈਂ ਮਰ ਗਈ, ਮੇਰਾ ਵੀਰਾ ਅੱਡੀ ਜਿਹੜਾ ਹੁਣੇ ਲੁੜਕਦਾ ਪਿਆ ਹੈ। ਉਹ ਕੁਝ ਨਹੀਂ ਆਂਦਾ ਬੋਕਲ ਨਾ, ਟਾਡੇ ਤੇ ਕਦੋਂ ਦਾ ਬੁਖਾਰ ਹੋਇਆ, ਕਿਵੇਂ ਹੋ ਗਿਆ? ਕੱਲ ਤਾਂ ਚੰਗਾ ਬਲਾ। ਮੈਂ ਤੇ ਬਿੱਲੋ ਘਰੇ ਪੱਠੇ ਲੈ ਕੇ ਆਇਆ ਤੇ ਉਤੂ ਉਹ ਲਗਾਇਆ, ਘਰੇ ਕੰਬੇ ਨਾ ਹੋ ਗਿਆ। ਉਹ ਤੁਸੀਂ ਜੀ ਅੰਸਰ ਡਾਕਟਰ ਨੂੰ ਸੱਦੇ ਪਏ ਨੇ, ਬੜਾ ਬਾਲਾਂ ਪੋਟੀਆਂ ਪੂਟੀਆਂ ਲੱਗਣ, ਉਹਨਾਂ ਦੀ ਦਵਾਈ ਦੇ ਸਕਦਾ? ਉਹ ਐਡਾ ਸੀਰੀਅਸ ਹੋਇਆ ਪਿਆ, ਉਹਨੂੰ ਕੰਬਣੀ ਵਾਲਾ ਬੁਖਾਰ ਚੜਿਆ ਪਿਆ, ਤੁਸੀਂ ਸਿੱਧਾ ਕੰਬੀਰ ਲੈ ਜਾਓ ਡਾਕਟਰ ਅਫਜ਼ਾਲ ਕੋਲ। ਡਾਕਟਰ ਵੇਖ ਲੈ ਬਿਖਲੇ ਖਾਚ ਜ਼ਮਾਨੇ ਦੀ। ਉਹ ਨਹੀਂ ਮੇਰੀ ਭੈਣ, ਉਹ ਖਾਚ ਜ਼ਮਾਨੇ ਦੀ, ਚੰਗਾ ਭਲਾ ਉਹ ਡਾਕਟਰ ਅਗਲੇ ਤੇ ਮੈਨੂੰ ਹੀ ਬੁਖਾਰ ਹੋਇਆ, ਮੈਂ ਜਾ ਕੇ ਉਹਨੂੰ ਦਵਾਈ ਲਈ, ਘੰਟੇ ਬਾਅਦ ਮੈਨੂੰ ਆਰਾਮ ਆ ਗਿਆ। ਉਹ ਉਹਦਾ ਵੇਖਿਆ ਇਹਨੇ ਰੇਟ ਕਿੰਨਾ ਮਾਂਗ ਖੜਾਉਂਦਾ, 2500 ਰੁਪਈਆ ਮਾਂਗ ਖੜਾਉਂਦਾ, ਜਿਵੇਂ ਦਿਲ ਦਾ ਡਾਕਟਰ ਹੈਗਾ। ਉਹ ਚਬਲ ਜਿਹਾ ਡਾਕਟਰ ਹੈਗਾ, ਉਹਦੇ ਕੋਲ ਨਾਲ ਜਾਓ, ਹੁਣ ਹੀ ਮੈਂ ਤੁਹਾਨੂੰ ਪਿਆਣਾ, ਉਹਨੂੰ ਚੁੱਪ ਕਰ ਕੇ ਤੂੰ ਕੈਰੀ ਡੱਬਾ ਮੰਗਾ ਲਓ ਤੇ ਸਿੱਧਾ ਕੰਬੀਰ ਲੈ ਜਾਓ। ਡਾਕਟਰ ਅਫਜ਼ਾਲ ਸਿਆਣਾ ਬੰਦਾ ਹੈ। ਜੱਗਾ ਤੂੰ ਉਹਨਾਂ ਦਾ ਪਿਓ ਨਾ ਬਣ ਖਲਾਉਣਾ ਦਾ ਦਿਲ ਮੋਤ ਮਨ ਹੋਇਆ, ਖਲਨ ਇਸ ਡਾਕਟਰ ਤੂੰ ਉਹਨੂੰ ਸ਼ੱਕ ਆਦਾ ਮਾਰਨ ਦੇ, ਮੁੜ ਜੇ ਨਾ ਠੀਕ ਹੋਇਆ ਤਾਂ ਕਮੀਰ ਲਈ ਜਾ। ਆ ਪਿਛਲੇ ਦਿਨਾਂ ਦੇ ਵਿੱਚ ਨਾ ਉਹਨੂੰ ਲਿੱਤਰ ਪੈਂਦੇ ਪਿਆ ਨੀ, ਉਹ ਚੰਗੀ ਬਲੀ ਬੁੱਢੀ ਆਈ, ਉਹਨੂੰ ਟੀਕਾ ਲਾਇਆ, ਸੋ ਗਾਂ ਤਰਾਨੇ ਪੱਟ ਕੇ ਬੈਠੀ ਆਈ ਕਲੀਨਿਕ ਤੇ। ਮੀਆਂ ਜੀ ਮੈਂ ਤੁਹਾਡਾ ਬਣਵਾਈਆਂ ਦਾ ਨੂੰ, ਤੁਸੀਂ ਕਾਰ ਮਾਰ ਲਓ। ਉਹ ਰਾਜਾ ਮੋੜ ਉਹਨੂੰ ਕਮੀਰ ਲਾ ਚੱਲੇ। ਉਹ ਨਾ ਕਮੀਰ ਜਾ, ਮੇਰੇ ਤੇ ਨਾ ਪਾਈ ਖਲੰਗ ਵਾਧਾ ਘਟ, ਉਹ ਬਾਲ ਉੱਤੇ ਤੜਫਦਾ ਪਿਆ ਤੇ ਤੂੰ ਉਹਦਾ ਨਾ ਪਲੇ ਨੇ, ਹੁਣ ਆਦੀਆਂ ਮਰਦੀਆਂ ਕਰੋ, ਬਣਵਾਈਆਂ ਤੇ ਨਾ ਛੱਡੋ, ਮਰਦੀਆਂ ਕਰ ਲਓ। ਚਲੋ ਮੈਂ ਅੰਸਰ ਨੂੰ ਸੱਦ ਲਿਆ। ਚੱਲ ਆਪਾਂ ਦਾ ਪਤਾ ਕਰੀਏ ਬਾਲ ਕੀ ਹੁੰਦਾ ਪਿਆ ਤੇ ਕੀ ਨਹੀਂ। ਡਾਕਟਰ ਸਾਹਿਬ ਤੁਹਾਨੂੰ ਮੈਂ ਕੀ ਦੱਸਾਂ, ਮੇਰਾ ਇੱਕ ਕੰਨ ਤੂੰ ਸੁਣੀਦਾ ਤੇ ਇੱਕ ਤੂੰ ਸੁਣੀਦਾ ਹੀ ਨਹੀਂ ਪਿਆ, ਬੜੀਆਂ ਦਵਾਈਆਂ ਲਈ ਖਲਾ ਮੈਂ ਆਰਾਮ ਨਹੀਂ ਆਉਂਦਾ। ਕੰਨ ਵਿੱਚ ਕੋਈ ਟੀਲੇ ਤਾਂ ਨਹੀਂ ਮਾਰਦਾ ਰਿਹਾ? ਟੀਲੇ ਕੋਈ ਨਹੀਂ ਮਾਰੇ, ਨਾਤਾ ਤੇ ਉਸ ਤੋਂ ਬਾਅਦ ਬੰਦ ਹੋ ਗਿਆ। ਇਹ ਮੁੜ ਪਾਣੀ ਪੈ ਗਿਆ ਹੋਣਾ ਤੇਰੇ ਕੰਨ ਵਿੱਚ, ਤੂੰ ਇਹਨੂੰ ਕੱਢ ਲਵੀ ਆ ਪਾਣੀ ਨੂੰ। ਪਾਣੀ ਮੈਂ ਬੜਾ ਸੱਟਿਆ, ਬੰਦ ਹੋਇਆ ਪਿਆ, ਖੁੱਲਦਾ ਹੀ ਨਹੀਂ ਪਿਆ। ਇਹ ਕਾਕਾ ਮੁੜ ਪੜਦੇ ਤੇ ਸੋਝ ਆ ਗਈ ਤੇਰੇ ਤੇ, ਮਾਰਨ ਦੀ ਕੋਈ ਜ਼ਰੂਰਤ ਨਹੀਂ, ਤੂੰ ਮੇਰੇ ਕੋਲ ਆ ਗਿਆ ਨਾ, ਤੈਨੂੰ ਮੈਂ ਦਵਾਈ ਦੇਣਾ ਤੇ ਉਹ ਤੂੰ ਖਾਸੀ ਤੇ ਇਨਸ਼ਾਅੱਲਾ ਠੀਕ ਹੋ ਜਾਸੀ। ਉਹ ਬੇਗਮ ਜੀ ਆ ਇੱਕ ਚਿੱਟੀ ਜਿਹੀ ਪੁੜੀ ਚ ਦਵਾਈ ਪਈ, ਉਹ ਚਾਹ ਲਿਆਵੀ ਨਾ। ਆਂਦੀ ਪਈਆਂ ਲਾਇਆ ਕਾਕੇ, ਹੋਰ ਕਾਨੂੰ ਵੀ ਖਾਈ ਆ ਜਿਹੜੇ ਪੇਟੀ ਤੇ ਪਿਆ ਨਾ ਉਹ ਲੈਣਾ। ਹਾਂ ਤੇਰਾ ਮਲਾਵੇ ਤੇ ਵਿੱਚ ਰੇਸ਼ਾ ਹੀ ਪਿਆ ਖਲੋਤਾ, ਮੈਨੂੰ ਲੱਗਦਾ ਇਸੇ ਜੀ ਤਰਾਟਾ ਪਾਉਂਦੇ ਰਾਤ ਨੂੰ। ਹਾਂ ਲੱਸੀ ਵੀ ਨਾ ਪੀਤੀ ਕਰ ਤੇ ਚਾਹ ਵੀ ਨਾ ਪੀਤੀ ਕਰ। ਐ ਲਾ ਪਤਾ ਨਹੀਂ ਐ ਕੈਪਸੂਲ ਇਹਦੀ ਤਰਾਏ। ਅੱਛਾ ਇਹ ਖਾਣੇ ਨੂੰ ਤੋਏ ਪਾਣੀ ਨਾਲ, ਕੋਸੇ ਪਾਣੀ ਨਾਲ, ਚੰਗਾ ਠੀਕ ਹੈ। ਆਵੇ ਤਾਂ ਪਿਆ ਹਰ ਰੰਗ ਦੇ ਨਹੀਂ ਤਰਾਏ, ਇੱਕ ਇੱਕ ਲੈਣਾ, ਇੱਕ ਸਵੇਰ ਇੱਕ ਸ਼ਾਮ ਨੂੰ ਇੱਕ ਸਵੇਰ, ਤੇ ਮੈਨੂੰ ਆ ਕੇ ਦੁਬਾਰਾ ਚੈੱਕ ਵੀ ਕਰਾਵੀ ਤੇ ਦੱਸਣਾ ਵੀ ਹੈ। ਤੇ ਕਾਨੇ ਕੀ ਸਕਤਾ, ਤੇਲ ਗਰਮ ਕਰ ਦੇ। ਨਾ 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 ਕਾਨੇ, ਜਦੋਂ ਤੈਨੂੰ ਦਵਾਈ ਦੇ ਛੱਡੀ, ਤੇਲ ਦਾ ਮਕਸਦ ਹੀ ਕੋਈ ਨਹੀਂ। ਮਿਹਰਬਾਨੀ। ਹਾਂ ਕੀ ਹੋਇਆ ਇਸ ਮਰੀਜ਼ ਨੂੰ, ਕਿਵੇਂ ਆਇਆ? ਅੰਮਾ ਇਹਦੇ ਆ ਕਾਨੇ ਚ ਨਾ ਸੋ ਜਾਸੂ ਤੇ ਪੜਦੇ ਤੇ ਨਾ ਜ਼ਖਮ ਹੋਇਆ ਖਲਸ, ਰੇਸ਼ਾ ਪਾਇਆ ਗਿਆ ਇਹਦੇ ਕਾਨੇ। ਓਏ ਹੋਏ, ਤੁਹਾਨੂੰ ਕੋਈ ਚੰਗੀ ਦਵਾਈ ਦੇਵੇ ਵੀ ਰੇਸ਼ਾ ਖਤਮ ਹੋ ਜਾਵੇ। ਹਾਂ ਅੰਮਾ ਦਵਾਈ ਮੈਂ ਦੇ ਛੱਡੀ, ਇਨਸ਼ਾਅੱਲਾ ਹੁਣ ਠੀਕ ਹੋ ਜਾਸੀ। ਦਵਾਈ ਚੰਗੀ ਦਿੱਤੀ ਸੀ। ਅਸਲਾਮ ਅਲੈਕੁਮ ਡਾਕਟਰ ਸਾਹਿਬ। ਵਾਲੇਕੁਮ ਸਲਾਮ ਡਾਕਟਰ ਸਾਹਿਬ। ਨਾ ਮੇਰੇ ਵੀਰਾਂ ਨੂੰ ਅਚਾਨਕ ਬੁਖਾਰ ਹੋ ਗਿਆ, ਅਵੇ ਉਹਨਾਂ ਦਾ ਚੈੱਕ ਕਰਿਆ। ਕਿਹੜੇ ਨੂੰ? ਭੂਤਨੇ ਨੂੰ? ਹਾਂਜੀ। ਅੱਛਾ ਹਾਂਜੀ ਹਾਂਜੀ, ਜਲਦੀ ਅਵੇ ਆਇਓ, ਮਸੇ ਪਿਓ ਆ। ਐਡੀ ਗਰਮੀ ਚ ਨਾ ਤੇਜ਼ ਬੁਖਾਰ ਨਵਾਣਾ ਨਾ ਹੁਣਾ ਸਕਦੇ। ਹਾਂ ਹੁਣ ਡਾਕਟਰ ਸਾਹਿਬ ਜਿਵੇਂ ਆ ਕੇ ਉਵੇਂ ਕਰ ਸਾਂ। ਉਹ ਤੇ ਅੰਮਾ ਉਹਦੀ ਤਬੀਅਤ ਚੈੱਕ ਕਰ ਸਾਂ ਨਾ ਤੇ ਪਤਾ ਮੋੜ ਲੱਗ ਸੀ ਵੀ ਕੀ ਰੋਲ ਆਇਆ ਉਹਨੂੰ। ਹਾਂਜੀ ਹਾਂ ਆ ਜਾਓ।
ਤੁਸੀਂ ਮਾਵਾ ਦੀ ਐਵੇਂ ਕਰ ਲਓ, ਤੂੰ ਹੁਣ ਇਧਰ ਕਿਤੇ ਜਾਂਦਾ ਪੈ ਕੇ, ਤੈਨੂੰ ਮੈਂ ਪਹਿਲੇ ਕੀ ਆਖਿਆ, ਪਹਿਲੇ ਮੇਰਾ ਕੰਮ ਤਾਂ ਕਰ ਲੈ। ਤੇਰਾ ਹੀ ਮੈਂ ਆ ਤੇ ਕੰਮ ਕਰ ਲੈਣਾ, ਪਹਿਲਾਂ ਮੈਂ ਮਰੀਜ਼ ਚੈੱਕ ਕੀਤੀਆਂ ਵਾ, ਖਰੇ ਕਿੰਨੀ ਕੁ ਉਹਦੀ ਹਾਲਤ ਖਰਾਬ ਹੈ। ਮਰੀਜ਼ਾਂ ਵਾਸਤੇ ਤੇਰੇ ਕੋਲ ਟਾਈਮ ਹੈ, ਮੈਂ ਤਾਂ ਭੁੱਖਦੀ ਰਹਾਂ, ਮੇਰੇ ਵਾਸਤੇ ਕੋਈ ਟਾਈਮ ਨਹੀਂ। ਮੇਰੀ ਗੱਲ ਤਾਂ ਤੈਨੂੰ ਤਮਾਕੂ ਲੱਗਦੀ ਵੈਸੇ ਹੀ। ਚਲੋ ਜੀ, ਉਹਨੂੰ ਧੀ ਦੇ, ਪਰਵਾਹ ਕੋਈ ਨਹੀਂ, ਕੱਲ ਦੇ ਮੈਨੂੰ ਇੰਨੇ ਚੱਕਰ ਆ ਤੇ ਮੈਂ ਕੱਲ ਤੱਕ ਮੈਨੂੰ ਦਵਾਈ ਲਿਆ ਕੇ ਦੇ ਦੋ, ਆਪ ਬਣਾ ਕੇ ਦੇ ਦੋ, ਉਹਨੂੰ ਮੇਰੀ ਫਿਕਰ ਕੋਈ ਨਹੀਂ, ਤੂੰ ਤਾਂ ਫਿਰ ਬੀਵੀ ਹੈ। ਮੇਰੀ ਦੇਈ ਕੋਈ ਦੁੱਧ ਪੀ, ਕੋਈ ਫਰੂਟ ਖਾ, ਹੁਣ ਤੈਨੂੰ ਦਵਾਈ ਲਿਆ ਦੇਵਾਂ, ਅੱਗੇ ਤੇਰੀ ਜਾਨ ਕਮਜ਼ੋਰ ਜਾਈ ਹੈ। ਦੁੱਧ ਫਰੂਟ ਕਿੱਥੇ ਲਿਆਵਾਂ, ਜਿਹੜੇ ਤੂੰ ਪਰਸ ਸੇਬ ਲਿਆਂਦੇ, ਉਹ ਮਾਸ਼ਾਅੱਲਾ ਅੰਮਾ ਖਾ ਗਈ, ਮੈਂ ਪੁੱਛਿਆ, ਮੈਂ ਕਿਹਾ ਮੈਨੂੰ ਦੇ ਦੇ, ਆਂਦੀ ਪੁੱਤਰ ਉਹ ਤਾਂ ਮੈਂ ਜੂਸ ਬਣਾ ਕੇ ਪੀ ਲਿਆ। ਆਹ ਚੁਟਕੀ ਸਹੀ ਆਖਦੀ ਪਈ ਹੈ, ਉਹ ਜਿਹੜਾ ਸੇਬ ਤੂੰ ਲਿਆਂਦੇ ਨਾ, ਉਹ ਮਲਿਕ ਸ਼ਾਹ ਬਣਾ ਬਣਾ ਕੇ ਆਪ ਕੱਲੀ ਬਹਿ ਕੇ ਪੀ ਲੈਂਦੀ, ਉਹ ਬਾਣੀ ਨੇ ਗਿਲਾਸ ਨਹੀਂ ਦਿੰਦੇ ਨੇ, ਇਹ ਫਿਕਰ ਨਹੀਂ ਵੀ ਮੇਰੀ ਧੀ ਐਡੀ ਕਮਜ਼ੋਰ ਹੈ, ਗਿਲਾਸ ਬਣਾ ਕੇ ਉਹਨੂੰ ਵੀ ਦੇ ਛੱਡਾਂ, ਤੇ ਨਾ ਤੈਨੂੰ ਦੇਵੇ, ਆਪ ਖਾ ਖਾ ਬਸ ਲੱਗ ਗਈ ਦਾ ਪੁੱਤ ਨੂੰ ਪੱਟਣ ਵਾਸਤੇ ਹੋ ਗਈ ਸ਼ੁਰੂ ਤੋਂ। ਚੁੱਪ ਚੁੱਪ ਕਰ ਜਾ, ਮੈਨੂੰ ਇੱਕ ਵਾਰੀ ਮਰੀਜ਼ ਚੈੱਕ ਕਰਾ ਮੈਂ, ਤੇ ਉਸ ਤੋਂ ਬਾਅਦ ਮੈਂ ਆਣ ਕੇ ਕਰਨਾ। ਆ ਜਾ ਡਾਕਟਰ ਸਾਹਿਬ, ਤੁਹਾਡਾ ਤਾਂ ਕਰਦਾ ਨਹੀਂ ਮਰਨਾ ਮੁੱਕਦਾ। ਟਰ ਟਰ ਕਿਵੇਂ ਕਰਦੀ ਸ਼ੌਕੀ, ਇੱਕ ਮਿੰਟ ਰੁਕੀ ਨਾ। ਹਾਂਜੀ। ਅਸੀਂ ਪਿੱਛਾ ਘਰੇ ਜਾ, ਮੇਰੇ ਸਿਰਗਤ ਤੇ ਚਾਈ ਲਿਆ। ਉਹ ਡਾਕਟਰ ਸਾਹਿਬ ਅਗਾ ਟੁਰੋ, ਮੇਰਾ ਬਰਾ ਸੀਰੀਅਸ ਹੈ। ਓ ਯਾਰ, ਤੇਰਾ ਬਰਾ ਸੀਰੀਅਸ ਹੈ, ਤੇਰਾ ਪਿਓ ਤੇ ਸ਼ੁਗਲੀ ਹੈ ਨਾ। ਓ ਯਾਰ, ਮੇਰਾ ਪਿਓ ਸ਼ੁਗਲੀ ਨਹੀਂ ਹੈ, ਤੈਨੂੰ ਸਿਗਰ ਮੈਂ ਅੱਧੇ ਕੋ ਲਾ ਕੇ ਦੇ ਛੜ ਸਭਾ ਜਾ। ਓ ਪਤਾ ਨਹੀਂ ਉਹ ਕੀ ਹੋ ਜੇ ਪੀਂਦਾ ਹੋ ਸੀ, ਮੈਂ ਕੈਪਟਨ ਦੇ ਪੀਨਾ ਯਾਰ, ਮੈਨੂੰ ਉਹ ਲਿਆ ਕੇ ਦੇ। ਕੀ ਹੋ ਜੀ, ਮੈਂ ਪੀਂਦਾ ਨਾ, ਇੱਕ ਵਾਰੀ ਗੁਜ਼ਾਰਾ ਕਰ ਲਵੇਗਾ ਬਾਜਿਆ। ਓ ਯਾਰ, ਬੋਤਲਾਂ ਕੋਈ ਗੱਲ ਤਾਂ ਕਰ ਸਾਡੇ ਨਾਲ, ਉਹ ਕਿਸੇ ਸ਼ਹਿਰ ਤੇ ਦਿਲ ਕਰਦਾ ਪੀ ਖਾਣ ਪੀਣ ਦੀ। ਸਾਬੂਦਾਣਾ ਬਣਵਾ ਲਓ ਨਾ, ਥੋੜਾ ਜਿਹਾ ਮਿੱਠਾ ਜ਼ਿਆਦਾ ਰੱਖ ਕੇ, ਮੇਰਾ ਮੂੰਹ ਕੌੜਾ ਹੋਇਆ ਖਲਾ, ਚਲੋ ਮੂੰਹ ਦਾ ਜ਼ਾਇਕਾ ਚੇਂਜ ਹੋ ਜਾਵੇ। ਅਈ ਕਰ ਬੱਜਾ ਜੇ ਦੁਕਾਨ ਤੋਂ ਲਾਇਆ ਸਾਬੂਦਾਣਾ ਮੈਂ ਬਣਾ ਦੇਣੀਆਂ। ਚਲੋ ਮੈਂ ਜਾਣਾ। ਬਰਜਾਈ ਉਹ ਦੇਵੀ ਨੇ 200 ਰੁਪਈਆ ਮੈਂ ਸਾਬੂਦਾਣਾ ਤੇ ਦੁੱਧ ਲਾਇਆ ਮੈਨੂੰ ਬਣਾ ਕੇ ਦਿਓ, ਵਿਚਾਰੇ ਪਤਾ ਨਹੀਂ ਕਦੋਂ ਦੀ ਰੋਟੀ ਖਾਧੀ ਹੋਈ ਹੈ। ਮੇਰਾ ਬਰਾ ਦੰਮੀ ਨਾਲ 2 ਰੋਟੀਆਂ ਘਿਓ ਵਾਲੀਆਂ ਜੰਬੀਆਂ ਸੁ, ਕੋਈ ਨਹੀਂ ਸਦੀਆਂ ਦਾ ਭੁੱਖਾ ਵਧਾ, ਆ ਹੁਣ ਭੁੰਡੀਆਂ ਪਕਾਈਆਂ ਤੇ ਮੁੜ ਖਾ ਲਈ ਸੀ ਰੋਟੀ। ਉਹ ਮੂੰਹ ਧੋਕੇ ਦੀ ਟੋਪੀ ਤਰ੍ਹਾਂ ਕੀਤੀ ਪਿਆ, ਐਂ ਪਾ ਲੱਗਦਾ ਜਿਵੇਂ ਪਿਛਲੇ ਮਹੀਨੇ ਦੀ ਰੋਟੀ ਖਾਧੀ ਵਿਚਾਰੇ ਨੇ। ਇਹ ਗੱਲ ਤੂੰ ਨਾ ਪੁੱਛ, ਭੈਣਾ ਮਾਮਾ ਨੂੰ ਤਾਰ ਸੁਣਦਾ ਹੈ, ਸਿਰਫ ਪੈਸੇ ਤੱਕ ਕੇ ਪਈ, ਪੈਸਾ ਲੈ ਲਈਏ ਤੇ ਵੰਜਾ ਲਿਆ, ਉਸ ਲਈ ਠੀਕ ਹੈ ਪੀ। ਮੈਂ ਬਹਿਣਾ ਨੂੰ ਆਉਂਦਾ ਹੈ, ਕਹਿਣ ਨਾਲ ਜ਼ਬਾਨ ਤਾਂ ਐਡੀ ਮਾਰ ਲਈ ਆਈ, ਮੇਰੇ ਕੋਲ ਪੁੱਛਿਆ ਵੀ ਮੈਨੂੰ ਕਿਤਨਾ ਸੁੱਖ ਦਿੰਦਾ। ਇੱਥੇ ਤੈਨੂੰ ਨਾ ਕੋਈ ਸੂਲੀ ਤੇ ਕੋਈ ਨਹੀਂ ਝਾੜਾ, ਇਹੋ ਹੈ ਸਿਰਫ ਘਰ ਦਾ ਤੂੰ ਕਰ ਲੈਂਦੀ, ਪੇਕਾ ਕੋਲ ਕਰਦੀ ਆਈ ਦਿਹਾੜੀ, ਉੱਥੇ ਤੁਵਾਰੇ ਚਰਾਂਦੀ। ਪੇਕੇ ਵਾਲੇ ਨਾ ਬਚ ਕੇ ਜਾ, ਜਿਹੜੀ ਕਰਾਂਦਾ ਤੂੰ ਮੈਨੂੰ ਤੇਰਾ ਵੀ ਪਤਾ, ਪੇਕੇ ਮੇਰੇ ਦਿਹਾੜੀਆਂ ਕੋਈ ਨਹੀਂ ਕਰਵਾਉਂਦੇ, ਅਸੀਂ ਸਿਰਫ ਘਰ ਦਾ ਕਰਦੀਆਂ ਸੀ, ਤੇ ਇਹ ਤਾਂ ਮੂੰਹ ਤੇ ਲੱਤੀ ਲੋਹੀ ਤੇ ਕੀ ਕਰੇ ਸੀ ਕੋਈ, ਇਹ ਤਾਂ ਐਡਾ ਵੀ ਸ਼ਰਮ ਹੈ ਪੱਠੇ ਲੈਣ, ਮੈਨੂੰ ਕਰਦਾ ਤੇ ਆਪ ਰੰਨੂ ਘਰੇ ਬੰਦ। ਓਏ ਹੁਣ ਇੱਥੇ ਲੜੋ ਨਾ, ਅੱਗੇ ਬਿਮਾਰ ਹੈ, ਉਹਨੂੰ ਆਵਾਜ਼ ਨਹੀਂ ਚੰਗੀ ਲੱਗਦੀ। ਓ ਚੁੱਪ ਤਾਂ ਕਰੋ ਯਾਰ, ਮੇਰੀ ਜਾਨ ਤੇ ਬਣੀ ਖੜੀ, ਤੁਸੀਂ ਉੱਤੋਂ ਕੜਕਾਰ ਪਾਈ। ਪੁੱਤਰਾ ਕੀ ਆਣਾ ਦੱਸੋ, ਆ ਬਿਸਤਰਾ ਮੇਰੇ ਉੱਤੋਂ ਲਾਓ ਨਾ, ਮੇਰਾ ਰੂਹ ਕਾਪਦਾ। ਓ ਨਾ ਮੇਰੇ ਪੁੱਤਰ, ਪਸੀਨਾ ਲੱਥਾ ਪਿਆ ਤੇ ਇਹਨੂੰ ਖੁਸ਼ ਕੋਵਣ ਦੇ, ਤੂੰ ਨਾ ਲਾਵੇਂ ਕਿਤੇ ਸਰਦ ਗਰਮ ਹੁੰਦਾ ਈ। ਮੈਨੂੰ 5,000 ਰੁਪਈਆ ਦੇ ਰਿਸ਼ਕੇ ਤੇ ਛੱਡ ਕੇ ਕਬੀਰ ਜਾਣਾ, ਉੱਥੇ ਚੰਗੇ ਡਾਕਟਰ ਨੂੰ ਹੱਥ ਵੀ ਖੈਨਾ ਤੇ ਦਵਾਈ ਲਾਇਆ ਮਨਾ। ਉਹ ਮੇਰਾ ਪੁੱਤਰ, ਇਹ ਵੀ ਤਜਰਬਾ ਸਰਕਾਰੀ ਹਸਪਤਾਲ ਕਰਿੰਦਾ ਰਿਹਾ, ਸਿਆਣਾ ਡਾਕਟਰ ਹੈ ਇਹ, ਜਿਹੜਾ ਤਜਰਬਾ ਕਰਦਾ ਰਿਹਾ, ਮੈਨੂੰ ਪਤਾ ਹੈ ਉੱਥੇ ਡਾਕਟਰ ਦਾ ਕੰਪਾਊਂਡਰ ਹੀ ਆ, ਹੁਣ 2 ਕੁ ਸ਼ੀਸ਼ੀਆਂ ਤੇ 2 ਕੁ ਪੁੜੀਆਂ ਲੈ ਤੇ ਘਰੇ ਬੈਠਾ ਹੁੰਦਾ, ਕਲੀਨਿਕ ਖੋਲ ਕੇ ਇਹਦੇ ਕੋਲ ਬਚ ਜਾ। ਡਾਕਟਰ ਸਾਹਿਬ ਰੋਲਾ ਬਣਵਾਈਆ ਸਾਹਿਬ, ਮੇਰਾ ਪਿਓ ਕਿਸੇ ਦੀ ਮਜਬੂਰੀ ਨਹੀਂ ਸਮਝਦਾ,
ਮੈਂ ਆਖੀ ਬੌਕੀ ਜਾਂਦਾ, ਮੈਂ ਕਮੀਰ ਜਾਂਦਾ, ਉੱਥੋਂ ਲਈ ਸਾ ਕਾਕੇ ਕਸਾਏ ਨੂੰ ਨਾਲ, ਸਿੱਧਾ ਜਾ ਸਾ ਡਾਕਟਰ ਨਸਰੂਲੇ ਕੋਲ, ਉਹਦੇ ਕੋਲ ਦਵਾਈ ਲੈ ਕੇ ਗਾਰਾਂ ਆ ਜਾ ਸਾ। ਉਹ ਜਿਵੇਂ ਮੀਆਂ ਆਉਂਦਾ ਪਿਆ ਉਹਦੀ ਮੰਨ ਲੈ। ਉਹ ਮੈਂ ਜੂ ਬੱਗੀ ਦਿਹਾੜੀ ਨਾਲ ਕੁੱਤਾ ਭੌਂਕਦਾ ਬੈਠਾ ਤੇ ਮੇਰੀ ਮੰਨ ਲਓ ਤੁਸੀਂ। ਓਏ ਅੱਬਾ, ਆ ਰਜ਼ਾਈ ਵਿੱਚ ਗੱਤ ਕੇ ਤੂੰ ਮੈਨੂੰ ਮਾਰੂ ਹੈ, ਮੈਂ ਵੇਖੀ ਖਾ। ਉਹ ਨਹੀਂ ਮਰਦਾ, ਤੂੰ ਹੌਸਲਾ ਰੱਖ। ਉਹ ਡਾਕਟਰ ਸਾਹਿਬ ਇਹਨੂੰ ਚੈੱਕ ਕਰੇ ਨਾ, ਕਈ ਬਿਮਾਰੀ ਇਹਨੂੰ। ਉਹ ਚਾਚਾ ਮੈਂ ਉਹਨੂੰ ਕੀ ਚੈੱਕ ਕਰਾਂ, ਉਹਦਾ ਤਾਂ ਛਾਉ ਨਹੀਂ ਵੱਜਦਾ ਪਿਆ ਮੇਰੇ ਤੇ, ਉਹਦਾ ਦਿਲ ਕੋਈ ਨਹੀਂ ਮੇਰੇ ਕੋਲ ਦਵਾਈ ਲਵਣ ਵਾਸਤੇ ਤੇ। ਉਦੋਂ ਆ ਤੇਰਾ ਜਿਹੜਾ ਜਵਾਈ ਏ, ਇਹ ਐਵੇਂ ਮੂੰਹ ਪਾਟੀਆਂ ਗੱਲਾਂ ਕਰਦਾ ਪਿਆ, ਤੈਨੂੰ ਆਖ ਚੁੱਪ ਕਰਕੇ ਬਹੋ। ਉਹ ਡਾਕਟਰ ਸਾਹਿਬ, ਮੈਂ ਤਾਂ ਆਰਾਮ ਦਿਓ ਇਹਦੇ ਇਲਾਜ ਨੂੰ, ਜਦੋਂ ਇਹਦਾ ਯਕੀਨ ਹੀ ਕੋਈ ਨਹੀਂ ਤੁਹਾਡੇ ਤੇ, ਇਹਨੂੰ ਆਰਾਮ ਕਿਦੋਂ ਆਉਣਾ। ਹਾਂ ਹਾਂ, ਇਹ ਤੇਰੀ ਗੱਲ ਬਜਾ ਬਣਵਾਈਆ ਸਾਹਿਬ, ਮੈਨੂੰ ਤੂੰ ਬਿਸਤਰਾ ਤਾਂ ਲਾ ਲਾ। ਉਹ ਸਾਲਾ ਸਾਹਿਬ, ਤਬੀਅਤ ਖੋਲ ਜਿਸੇ, ਪਸੀਨਾ ਲੈ ਲੈ। ਹਾਂ ਲੈ ਲਾ, ਇਹ ਕੋ ਦੇਸੀ ਘਿਓ ਨਹੀਂ, ਇਹ ਪਸੀਨਾ ਜਿਹੜਾ ਲੈ ਲਵਾ। ਉਹ ਚਾਚਾ, ਇਹਨਾਂ ਤੇ ਆਪ ਦੀਆਂ ਗੱਲਾਂ 'ਚ ਲੱਗਿਆ ਰਹਿਣਾ, ਮੈਨੂੰ ਇੱਕ ਸਿਗਰਟ ਤੋਂ ਰਲਵਾ। ਉਹ ਮੇਰੇ ਪੁੱਤਰ, ਸਿਗਰਟ ਮੁੱਕਿਆ ਨਾ, ਹੁੱਕਾ ਬਖਦਾ ਵੀ ਇਸੇ ਦੇ ਦੋ ਚਾਰ ਘੁੱਟ ਲਾ ਲਾ। ਯਾਰ ਸ਼ੌਕੀ, ਅਜੀਬ ਹੀ ਗੱਲ ਹੈ, ਤੈਨੂੰ ਮੈਂ ਆਖਿਆ ਨਾ ਵੀ ਸਿਗਰਟ ਚਾਹ ਲੈ ਮੇਰੇ ਘਰੋਂ, ਤੇ ਤੂੰ ਚਾਹ ਕੇ ਨਹੀਂ ਲਿਆਂਦੇ। ਡਾਕਟਰ ਸਾਹਿਬ, ਹੁਣ ਆਪ ਲੱਗੇ ਜਾਓ ਜਾ ਕੇ ਚਾਹ ਲੈ। ਤੇ ਮੁੜ ਮੇਰੀ ਫੀਸ ਦਿਓ, ਮੈਂ ਵਗ ਜਾਣਾ। ਫੀਸ ਕਹੀ ਤੂੰ ਇਹਨੂੰ ਚੈੱਕ ਕੀਤੀ ਖਲਾ ਜਾਂ ਇਹਨੂੰ ਕੋਈ ਟੀਕੇ ਸ਼ੀਕੇ ਲਾਇਆ? ਤੂੰ ਮੈਨੂੰ ਘਰੋਂ ਸਾਧ ਕੇ ਲਿਆ ਕੇ ਇੱਥੇ ਮੇਰਾ ਤੂੰ ਟਾਈਮ ਜ਼ਾਇਆ ਕੀਤਾ ਹੈ। ਤੁਸੀਂ ਡਾਕਟਰ ਸਾਹਿਬ ਕੋਈ ਨਹੀਂ, ਸਾਹਿਵਾਲ ਸਰਕਾਰੀ ਹਸਪਤਾਲ ਹੀ ਬੈਠੇ ਨੇ ਜਿੱਥੇ ਤੁਹਾਡੀ ਫੀਸ ਹੋਵੇ। ਓਏ ਹੋਏ, ਹਲੇ ਤੱਕ ਹੀ ਥਾਈ ਨੇ ਜੁਰੋਲ ਗੱਤੀ ਖਲੋਤੇ ਨੇ, ਉਸ ਗਰੀਬ ਨੂੰ ਹਸਪਤਾਲ ਤੱਕ ਕੋਈ ਨਹੀਂ ਲੈ ਕੇ ਗਏ। ਨਹੀਂ ਭਰਜਾਈ, ਤੂੰ ਐਂਦੀ ਕਰ ਰਿਹਾ, ਸਾਰੇ ਰੋਲਾ ਪਾਈ ਖਲੋਤੇ, ਇਹਨਾਂ ਨੂੰ ਪਾਈ ਰੱਖਾਂਗੇ, ਤੂੰ ਮੈਨੂੰ ਪੈਸੇ ਚਾਹ ਕੇ ਦੇ, ਮੈਂ ਇਹਨੂੰ ਲੈ ਕੇ ਵਗ ਜਾਵਾਂ। ਹਾਂ, ਇਹਨੂੰ ਚਾਹ ਦੇ, ਢੇਰ ਹਿਮਾਇਤੀ ਹੈ ਸਾਡੇ ਨਾਲ। ਉਹ ਤਾਂ ਅਹਿਸਾਸ ਕਰਦਾ ਪਿਆ ਨਾ, ਅੱਬਾ ਤੁਹਾਡੇ ਵਿੱਚ ਤਾਂ ਅਹਿਸਾਸ ਹੀ ਕੋਈ ਨਹੀਂ, ਵੀ ਤੇਰਾ ਪਾਜੀ ਪੁੱਤਰ ਸ਼ੋਦੇ ਥਾਈ ਉਹ ਤੜਪ ਤੜਪ ਕੇ ਮਰ ਜਾ ਸੀ, ਪਤਾ ਨਹੀਂ ਕੀ ਸੋਚੀ ਜਾਂਦੇ ਨੇ। ਉਹ ਮੇਰੀ ਧੀ, ਸਾਨੂੰ ਹਮਦਰਦੀ ਹਾਈ ਤਾਂ ਡਾਕਟਰ ਸਦਾ ਆ, ਉਹ ਸਾਡੇ ਪੋਤਰੇ, ਮੈਨੂੰ ਫਿਕਰ ਕੋਈ ਨਹੀਂ। ਹੈਵੇਂ ਬਿਲਾਵਾ, ਕਿਵੇਂ ਮੂੰਹ ਚਾ ਕੇ ਖੜਾ ਆ, ਕਰ ਛੂਰ ਨੂੰ ਚੈੱਕ। ਨਹੀਂ ਛੋਰੇ, ਮੂੰਹ ਸੰਭਾਲ ਕੇ ਗੱਲ ਕਰ, ਇੱਕਾਂ ਦਾ ਚੈੱਕ ਕਰ, ਦੂਸਰਾ ਦਾ ਨਹੀਂ ਚੈੱਕ ਕਰ, ਅਸੀਂ ਐਡੇ ਵੱਲੇ ਆ, ਤੁਹਾਨੂੰ ਦੱਸੇ ਜਾਣੀ ਮੂੰਹ ਚਾ ਕੇ ਖੜੋਤਾ ਤੇ ਚੈੱਕ ਕਰ, ਤੁਹਾਨੂੰ ਤਾਂ ਬੋਲਣ ਦੀ ਤਮੀਜ਼ ਕੋਈ ਨਹੀਂ, ਝਗੜਨ ਘਰ ਅਸੀਂ ਆ ਗਏ ਆ। ਲੈ ਇਲਾ ਥਾ ਬੂਤਨਿਆ, ਮਾਈ ਤੁਹਾਨੂੰ ਚਗਲ ਸਿੱਧੀ ਖਲੋਤੀ ਨੇ, ਤੁਸੀਂ ਐਡੇ ਬੰਦੇ ਹੋ ਨਾ, ਤੁਸੀਂ ਹੁਣ ਇਹਨਾਂ ਕੋਲੋਂ ਚੈੱਕ ਹੀ ਨਾ ਕਰਾਓ। ਹੈ ਨਹੀਂ ਮਾਈ, ਐਡੀ ਤਾਂ ਮੈਂ ਗੱਲ ਹੀ ਕੋਈ ਨਹੀਂ ਕੀਤੀ, ਭੱਜ ਕੇ ਮੇਰੇ ਮੱਥੇ ਜੋੜ ਕੇ ਲੱਗੀ ਹੈ, ਉਹ ਤਾਂ ਮਰੀਜ਼ ਹੈ, ਮਰੀਜ਼ ਨੂੰ ਕੀ ਪਤਾ ਵੀ ਮੈਂ ਚੈੱਕ ਕਰਾਉਣਾ ਕਿ ਨਹੀਂ ਕਰਾਉਣਾ, ਡਾਕਟਰ ਜੋ ਉੱਤੇ ਆ ਖਲੋਤਾ ਉਹਦਾ ਹੱਕ ਤਾਂ ਬਣਦਾ ਨਾ ਵੀ ਉਹਨੂੰ ਚੈੱਕ ਕਰ ਲਵੇ। ਆਹ ਸਾਰੇ ਅੰਨੇ, ਮੈਂ ਘੰਟੇ ਦਾ ਆ ਕੇ ਇੱਥੇ ਖਲੋਤਾ ਹੋਇਆ, ਆਪ ਦੀ ਗੱਪਾਂ ਦੀ ਚਬੜ ਚਬੜ ਕੀਤੀ ਜਾਂਦੇ ਨੇ, ਉਹ ਆਦਾ ਮੈਂ ਤੇਰੇ ਕੋਲ ਚੈੱਕ ਹੀ ਨਹੀਂ ਕਰਾਉਣਾ, ਆਹ ਉੱਤੋਂ ਆਦਾ ਪਿਆ ਇਹਨੂੰ ਆਖੇ ਕੰਬੀਰ ਲਾ ਕੇ ਜਾ। ਚਲੋ ਹੁਣ ਛੱਡ ਹੀ ਚਾ, ਪਰ ਆ ਜੇ ਉਹਨਾਂ ਕੋ ਗੱਲ ਤੈਨੂੰ ਕਰ ਹੀ ਲਈਏ ਤੇ ਤੂੰ ਕੋਈ ਨਹੀਂ ਸ਼ਾਉ ਕਰ, ਡਾਕਟਰ ਹੁਣ ਚੈੱਕ ਕਰ ਉਹਨੂੰ। ਮਾਈ ਤੇ ਦੀ ਜ਼ਬਾਨ ਵੇਖ, ਮੇਰੀ ਗੱਲ ਸੁਣ, ਸ਼ਾਹੂਕਾਰ ਨਹੀਂ ਆਣਾ, ਅਸੀਂ ਕੋਈ ਨਹੀਂ ਤੁਹਾਡੇ ਲਈ ਬੰਦਾ ਕੱਲਿਆ ਸੀ ਵੀ ਤੁਸੀਂ ਸਾਨੂੰ ਬੁਲਾ ਕੇ ਲਿਆ, ਤੁਸੀਂ ਹੋਰ ਡਾਕਟਰ ਨੂੰ ਬੁਲਾ ਲੈਣਾ, ਚੰਡੀ ਗਰਮੀ ਦੇ ਵਿੱਚ ਅਸੀਂ ਉਲਟਾ ਤੁਸੀਂ ਸਾਨੂੰ ਗੱਲਾਂ ਸੁਣਾਈ ਜਾਂਦੇ ਹੋ। ਓਏ ਹੋਰ ਮਾਈ, ਲੜੋ ਨਾ ਜੇ, ਆ ਹੀ ਗਿਆ ਨਾ ਤੇ ਡਾਕਟਰ ਸਾਹਿਬ ਚੈੱਕ ਕਰ ਲਓ, ਆਈ ਲਓ ਚੈੱਕ ਕਰ ਲਓ। ਆ ਵੇਖੇ ਨਾ, ਚਾਚਾ ਇਹਨੂੰ ਬੁਖਾਰ ਕੋਈ ਨੀ, ਆ ਰਜ਼ਾਈ ਦੇ ਉੱਤੋਂ ਲਾ ਛੱਡੋ, ਨਹੀਂ ਤੇ ਊਂ ਬੜਥਾ ਹੋ ਜਿਸਨੇ। ਕਿਉਂ ਇਹਨੂੰ ਬੁਖਾਰ ਕੋਈ ਨੀ, ਓਏ ਇਹ ਤੇ ਘਰ ਆਇਆ ਤੇ ਕੰਬਦਾ ਹੋਇਆ ਤੇ ਮੈਨੂੰ ਆਦੇ ਸਰਦੀ ਨਾਲ, ਮੈਂ ਮਰਦਾ ਪਿਆ। ਚਾਚਾ ਇਹਨੂੰ ਕੁਛ ਵੀ ਕੋਈ ਨੀ, ਇਹ ਬਹਾਨਾ ਮਾਰੀ ਪਈ, ਜਿੱਥੋਂ ਮਰਜ਼ੀ ਇਹਨੂੰ ਜਾ ਕੇ ਚੈੱਕ ਕਰਵਾ ਲਓ। ਇਹ ਬਹਾਨਾ ਮਾਰੀ ਪਈ ਨਾ, ਤੇ ਇਹਦਾ ਇਲਾਜ ਮੇਰੇ ਕੋਲੋਂ ਹੈ, ਇਹਦਾ ਇਲਾਜ ਮੈਂ ਕਰ ਲੈਣਾ। ਅੱਬਾ, ਜਿਹੜਾ ਆਹ ਮੁਸਕਾਨੀ ਨਸਿਆ ਜਾਂਦਾ ਨਾ, ਇਹ ਲਾਜ਼ਮੀ ਕੋ ਦਾਲ ਚ ਕਾਲਾ ਕਾਲਾ। ਤੂੰ ਨਾ ਘਬਰਾ, ਇਹਦਾ ਇਲਾਜ ਮੇਰੇ ਕੋਲੋਂ ਹੈ, ਉੱਤੋਂ ਮੇਰੇ ਕੁੱਤੇ ਦੇ ਪੋਤਰਾ। ਡਰਾਮੇ ਦੇ ਪੋਤਰਾ, ਇਹ ਸਾਰੇ ਟੱਬਰ ਨੂੰ ਪਰੇਸ਼ਾਨ ਚਾ ਕੀਤਾ, ਜਦੋਂ ਬੈਣ ਤੇਰੇ ਨੂੰ ਕੁਝ ਨੀ ਹੋ ਗਿਆ, ਤੈਨੂੰ ਇਹ ਡਰਾਮਾ ਯਾਦ ਆ ਗਿਆ। ਅੱਬਾ ਚਲੋ, ਜਿਹੜੀ ਮੇਰੇ ਕੋਲ ਗਲਤੀ ਆਉਣੀ ਉਹ ਤੇ ਗਈ, ਉਹ ਔਰ 5000 ਦੇ ਮੁੱਦ ਹੋ ਆਵਾਂ। ਹੈ ਹਾਂ, तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।